ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੱਕਾ ਦੇ ਖੇਤਾਂ ਵਿੱਚੋਂ ਇੱਕ ਅਣਪਛਾਤੇ ਪੂਰਬੀ ਮਜ਼ਦੂਰ ਦੀ ਲਾਸ਼ ਮਿਲਣ ਦੀ ਖਬਰ ਹੈ। ਜਾਂਚ ਕਰ ਰਹੀ ਪੁਲਿਸ ਦਾ ਅੰਦਾਜ਼ਾ ਹੈ ਕਿ ਮਜ਼ਦੂਰ ਦਾ ਕਤਲ ਕੀਤਾ ਗਿਆ ਹੈ। ਲੁਧਿਆਣਾ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਥਾਣਾ ਮਿਹਰਵਾਨ ਖਵਾਜਕੇ ਦੇ ਪਿੰਡ ਕੱਕਾ ਦੇ ਖੇਤਾਂ ਵਿੱਚੋਂ ਕਿਸੇ ਪੂਰਬੀ ਮਜ਼ਦੂਰ ਦੀ ਲਾਸ਼ ਮਿਲਣ ਕਾਰਨ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਜਾਂਚ ਅਧਿਕਾਰੀ ਦਵਿੰਦਰ ਚੌਧਰੀ ਦਾ ਕਹਿਣਾ ਸੀ ਕਿ ਮੁੱਢਲੀ ਜਾਂਚ ਤੋਂ ਜਾਪਦਾ ਹੈ ਕਿ ਮਜ਼ਦੂਰ ਦੀ ਕੱਪੜੇ ਨਾਲ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਅਤੇ ਬਾਅਦ ਵਿੱਚ ਖੇਤਾਂ 'ਚ ਲਾਸ਼ ਨੂੰ ਸੁੱਟ ਦਿੱਤਾ ਗਿਆ। ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਸੀ ਕਿ ਮ੍ਰਿਤਕ ਦੀ ਇੱਕ ਲੱਤ ਵੀ ਟੁੱਟੀ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮ੍ਰਿਤਕ ਦੇ ਵਾਰਸਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਵੇਰੇ ਕੋਈ 9:30 ਦੇ ਵਿੱਚ ਟਾਈਮ ਸੀਗਾ, ਅਸੀਂ ਇੱਥੋਂ ਜਾ ਰਹੇ ਸੀ ਮੋਟਰਸਾਈਕਲ ਦੇ ਉੱਤੇ, ਨਾਲ ਮੇਰੇ ਚਾਚੇ ਕੁਲਵੰਤ ਸਿੰਘ ਸੀਗੇ। ਅਸੀਂ ਪੈਟਰੋਲ ਪੰਪ 'ਤੇ ਤੇਲ ਪਵਾਉਣ ਜਾ ਰਹੇ ਸੀ ਅਤੇ ਅਸੀਂ ਜਦੋਂ ਇੱਧਰੋਂ ਲੰਘੇ ਜਾ ਰਹੇ ਸੀ ਅਤੇ ਅਸੀਂ ਦੇਖਿਆ ਇੱਥੇ ਇੱਕ ਲਾਸ਼ ਪਈ ਸੀਗੀ ਸਵੇਰੇ, ਅਤੇ ਮੈਂ ਉੱਤਰ ਕੇ ਦੇਖਿਆ ਅਤੇ ਲਾਸ਼ ਦਾ ਵੀ ਬਹੁਤ ਬੁਰਾ ਹਾਲ ਹੋਇਆ ਪਿਆ ਸੀ। ਉਹਦਾ ਇੱਕ ਤਾਂ ਗਲੇ ਦੇ ਵਿੱਚ ਕਿਸੇ ਨੇ ਪਰਨਾ ਜਿੱਦਾਂ ਘੁੱਟ ਕੇ ਮਾਰਿਆ ਹੁੰਦਾ, ਇੱਕ ਉਹਦੀ ਲੱਤ ਟੁੱਟੀ ਪਈ ਸੀ, ਖੂਨ ਨੋ ਖੂਨ ਵੀ ਉਹਦੇ ਕੰਨਾਂ 'ਚ, ਉਹਦੇ ਨੱਕ ਦੇ ਵਿੱਚੋਂ ਵੀ ਅਤੇ ਅੱਖ ਦੇ ਵਿੱਚੋਂ ਵੀ ਖੂਨ ਨਿਕਲਿਆ ਹੋਇਆ ਸੀ ਬਾਹਰ ਉਹਦੇ, ਅਤੇ ਐਂ ਲੱਗ ਰਿਹਾ ਸੀ ਵੀ ਕੋਈ ਪ੍ਰਵਾਸੀ ਬੰਦਾ ਵਾ। ਅਤੇ ਫਿਰ ਮੈਂ ਮੌਕੇ ਦੇ ਉੱਤੇ ਥਾਣਾ ਮੁੰਸ਼ੀ ਨੂੰ ਫੋਨ ਕੀਤਾ ਅਤੇ ਮੌਕੇ ਦੇ ਉੱਤੇ ਸਾਰੀ ਪੁਲਿਸ ਨੇ ਆ ਕੇ ਇੱਥੇ ਜੋ ਵੀ ਕਾਰਵਾਈ ਸਾਰੀ ਆਪਦੀ ਕੀਤੀ ਹੈ। ਇਹ ਨਾ ਜੀ ਕਾਰਨ ਆਈਡੈਂਟੀਫਾਈ ਡੈਡ ਬੋਡੀ ਮਿਲੀ ਹੈ, ਖਵਾਜਕੇ ਤੋਂ ਕੱਕਾ ਪਿੰਡ ਦੀ ਰੋਡ ਦੇ ਉੱਤੇ ਖੇਤਾਂ ਦੇ ਵਿੱਚ ਪਈ ਸੀ। ਇਹ ਕੋਈ 35-36 ਸਾਲ ਦਾ ਕੋਈ ਪ੍ਰਵਾਸੀ ਮਜ਼ਦੂਰ ਲੱਗਦਾ। ਇਹਦੇ ਗਲੇ ਦੇ ਵਿੱਚ ਪਰਨਾ ਪਾ ਕੇ ਬੰਨ੍ਹ ਕੇ ਗਲਾ ਘੁੱਟ ਕੇ ਜਿਹੜਾ ਇਹਨੂੰ ਮਾਰਿਆ ਗਿਆ। ਇਹਦੀ ਰਾਈਟ ਸਾਈਡ ਦੀ ਲੱਤ ਜਿਹੜੀ ਹੈ ਉਹ ਵੀ ਤੋੜੀ ਹੋਈ ਹੈ ਗੋਡੇ ਤੋਂ ਥੱਲੇ। ਇਹ ਕਿਸ ਤਰ੍ਹਾਂ ਦੇਖਣ ਤੋਂ ਲੱਗਦਾ ਵੀ ਕੱਲ੍ਹ ਦਿਨ ਦਾ ਮਰਡਰ ਹੈ ਅਤੇ ਰਾਤ ਨੂੰ ਇਹਦੀ ਬੋਡੀ ਜਿਹੜੀ ਹੈ ਉਹ ਲਿਆ ਕੇ ਉੱਥੇ ਸੁੱਟੀ ਗਈ ਖੇਤ ਦੇ ਵਿੱਚ। ਇਹ ਪਿੰਡ ਦਾ ਸਰਪੰਚ ਲੰਘਿਆ ਜਾ ਰਿਹਾ ਸੀਗਾ, ਉਹਨਾਂ ਨੇ ਕਿਤੇ ਦੇਖੀ ਇਹ ਬੋਡੀ ਅਤੇ ਉਹਨਾਂ ਨੇ ਫਿਰ ਪੁਲਿਸ ਨੂੰ ਸਲਾਹ ਦਿੱਤੀ। ਅਸੀਂ ਕੇਸ ਰਜਿਸਟਰ ਕਰਕੇ ਬੋਡੀ ਆਈਡੈਂਟੀਫਾਈ ਕਰਨ ਦੀ ਤਿਆਰੀ ਕਰਨ ਦੀ ਕੋਸ਼ਿਸ਼ ਕਰ ਰਹੇ ਅਤੇ ਬੋਡੀ ਜਿਹੜੀ ਉਹ ਸਿਵਲ ਹੋਸਪਿਟਲ ਭੇਜ ਦਿੱਤੀ। ਲੁਧਿਆਣਾ ਤੋਂ ਰਾਮਕ੍ਰਿਸ਼ਨ ਅਰੋੜਾ ਦੀ ਰਿਪੋਰਟ।